ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬੀ ਅਖਬਾਰ ਦੇ ਵਿੱਚ ਨਿਊਜ਼ ਕਟਿੰਗ ਦੇ ਵਿੱਚ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਨੇ ਜੋ ਪੋਸਟਾਂ ਅੰਗਹੀਣ ਕੈਟਾਗਰੀ ਅਤੇ ਫਰੀਡਮ ਫਾਈਟਰ ਦੀਆਂ ETT ਲਈ ਕੱਢੀਆਂ ਨੇ, ਇਹਦੇ ਵਿੱਚ 103 ਹੈਂਡੀਕੈਪਡ ਦੀਆਂ ਅਤੇ 58 ਅਸਾਮੀਆਂ ਜੋ ਹੈ ਸੁਤੰਤਰਤਾ ਜੋ ਸੈਨਾਨੀ ਨੇ ਫਰੀਡਮ ਫਾਈਟਰ ਨੇ ਉਹਨਾਂ ਦੀਆਂ ਨੇ। ਅਤੇ ਜੋ ਯੋਗ ਉਮੀਦਵਾਰ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ .com 'ਤੇ ਔਨਲਾਈਨ ਅਪਲਾਈ ਕਰ ਸਕਦੇ ਨੇ। ਟਰਮ ਐਂਡ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਤਾਂ ਇਹ ਦੋਸਤੋ 1 ਮਾਰਚ ਦੀ ਨਿਊਜ਼ ਕਟਿੰਗ ਹੈ ਕੱਲ੍ਹ ਦੀ, ਅਤੇ ਜ਼ਰੂਰੀ ਇਨਫੋਰਮੇਸ਼ਨ ਸੀ ਇਸ ਲਈ ਮੈਂ ਵੀਡੀਓ ਬਣਾਇਆ। ਚਲੋ ਹੁਣ ਸਾਈਟ 'ਤੇ ਚੈੱਕ ਕਰਕੇ ਦੇਖਦੇ ਹਾਂ ਕਿ ਨੋਟੀਫਿਕੇਸ਼ਨ ਆਇਆ ਹੈ। ਇਹ ਅਸੀਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਗੂਗਲ 'ਤੇ ਸਰਚ ਕੀਤਾ ਹੈ ਅਤੇ ਐਜੂਕੇਸ਼ਨ ਰਿਕਰੂਟਮੈਂਟ ਸਾਈਟ ਦਾ ਖੁੱਲ੍ਹ ਗਿਆ ਹੈ ਪੋਰਟਲ। ਫਿਲਹਾਲ ਇਸ 'ਤੇ ਕੁਛ ਸ਼ੋਅ ਨਹੀਂ ਹੋ ਰਿਹਾ ਅਤੇ ਅਸੀਂ ਲੇਟੈਸਟ ਰਿਕਰੂਟਮੈਂਟ ਜਾਂ ਕਰੀਕੁਲਰ ਵਿੱਚ ਜਾ ਕੇ ਦੇਖਦੇ ਹਾਂ। ਕਰੀਕੁਲਰ ਦੇ ਵਿੱਚ ਵੀ ਕੋਈ ਅਜੇ 85-82 ਦਾ ਹੀ ਚੱਲ ਰਿਹਾ ਅਤੇ ਲੇਟੈਸਟ ਰਿਕਰੂਟਮੈਂਟ ਬੋਰਡ ਰਿਕਰੂਟਮੈਂਟ ਦੇਖੀਏ, ਇਹਦੇ ਵਿੱਚ ਮਾਸਟਰ ਕੈਡਟ ਦੀਆਂ ਹੀ ਨੇ ਅਤੇ ਮੈਰੀਟੋਰੀਅਸ ਲੈਕਚਰਾਰ ਅਤੇ ਪੁਰਾਣਾ ਹੀ ਹੈ ਹਾਲੇ, ਯਾਨੀ ਅਜੇ ਸਾਈਟ 'ਤੇ ਕੁਛ ਅਪਡੇਟ ਨਹੀਂ ਹੋਇਆ। ਅਤੇ ਜੋ ਵੀ ਇਹਦਾ ਫਿਲਿੰਗ ਪ੍ਰੋਸੈਸ ਹੈ ਉਹ ਇਸ ਸਾਈਟ 'ਤੇ ਇਸੀ ਪੋਰਟਲ ਦੇ ਥਰੂ ਵੀ ਹੋਏਗਾ ਔਨਲਾਈਨ, ਅਤੇ ਬਾਕੀ ਜੋ ਜਾਣਕਾਰੀ ਹੈ ਇਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਵੈਬਸਾਈਟ 'ਤੇ ਮੇ ਵੀ ਕੱਲ੍ਹ ਤੱਕ ਜਾਂ 1-2 ਦਿਨ ਤੱਕ ਆ ਜਾਵੇ। ਜਿੱਦਾਂ ਹੀ ਨੋਟੀਫਿਕੇਸ਼ਨ ਆਏਗਾ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਏਗੀ। ਅਤੇ ਥੈਂਕ ਯੂ ਵੈਰੀ ਮੱਚ, ਇੰਪੋਰਟੈਂਟ ਇਨਫੋਰਮੇਸ਼ਨ ਸੀ। ਅਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜੋ ਆਪਣੇ ਦੋਸਤ ਕਈ ਐਲੀਜੀਬਲ ਕੈਂਡੀਡੇਟ ਨੇ ਉਹ ਅਪਲਾਈ ਕਰ ਸਕਣ।